ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਵੀਰੋ ਜੰਟ ਤੇ ਲਤਾਲੇ ਦੇ ਜਿਹੜਾ ਫੱਲੇ ਵਾਲ ਦੇ ਜਿਹੜਾ ਇੱਧਰ ਦਿਖਾ ਮੁੰਡੇ ਇੱਧਰ ਵੀ ਦਿਖਾ ਰਹਾ ਆਹ ਰਾਹ ਦੇ ਚੁਰਾਹੇ ਦੇ ਵਿਚਾਲੇ ਖੜੇ ਸੀਗੇ। ਇੱਧਰ ਆਉਂਦੇ ਸੀ ਅਸੀਂ ਇੱਥੇ ਵਿਚਾਲੇ ਟੂਣਾ ਕੀਤਾ ਹੋਇਆ ਸੀਗਾ। ਇਹ ਟੂਣਾ ਆਪਾਂ ਦੇਖਣਾ ਵਾ ਹੁਣ ਖੋਲ ਕੇ ਲੋਕ ਕਰਦੇ ਨੇ ਪਤਾ ਨੀ ਕਿਸ ਕਾਰਨ ਕਰਦੇ ਨੇ ਸਮਝ ਨੀ ਆਉਂਦੀ। ਵਿਚਾਲੇ ਕੀਤਾ ਪਿਆ ਇਹ ਹੁਣ ਵੀਰੋ ਆਪਾਂ ਖੋਲ ਕੇ ਦੇਖਣ ਆ ਜਾ ਜੋ ਕਰ ਲਿਆ ਮੁੰਡੇ ਇੱਧਰ ਨੂੰ ਕਰ ਇਹਦੇ ਵਿੱਚ ਸਭ ਕੁਝ ਹੁੰਦਾ। ਆਹ ਦੇਖੋ ਜੀ ਦੀਵਾ ਤੇ ਲੈ ਦੀਵਾ ਵਾ ਆਹ ਪਤਾ ਨੀ ਰੋਟੀਆਂ ਆਹ ਦੇਖੋ ਐ ਤੇ 400-500 ਰੁਪਏ ਹੀ ਰੱਖ ਜਾਂਦੇ ਕਿਸੇ ਦਾ ਵਿਆਹ ਵੀ ਨਹੀਂ ਹੁੰਦਾ ਲੱਗਦਾ ਮੈਨੂੰ। ਲੈ ਭੈਣ ਦੀ ਲੈ ਦੇਖ ਲਓ ਦੇਖ ਲਓ ਸੌਰਖੀ ਮਹਿੰਦੀ ਸੰਧੂਰ ਚੂੜੀਆਂ ਠੀਕ ਆ ਤੇ ਆ ਦਿਖਾ ਮੁੰਡੇ ਆ ਬਰਫੀ ਰੱਖ ਕੇ ਗਿਆ ਕੋਈ ਆ ਦੇਖ ਲੋ ਇਹ ਕੰਮ ਪੰਜਾਬੀਓ ਛੱਡ ਦੋ ਕੀ ਮਿਲਦਾ ਤੁਹਾਨੂੰ ਇਹ ਜੇ ਕੰਮ ਕਰਕੇ ਸੜਕ ਦੇ ਵਿਚਾਲੇ ਕੀਤਾ ਪਿਆ ਐਵੇਂ ਕੁਛ ਨੀ ਹੁੰਦਾ ਹੈਗਾ। ਉਹੀ ਤੁਸੀਂ ਗੁਰਦੁਆਰੇ ਜਾ ਕੇ ਸੱਚੇ ਮਨੋ ਧਿਆਵੋ ਕੁਛ ਉਹ ਸੁੱਖ ਸੁੱਖ ਲਓ ਭਾਈ ਇੱਥੇ ਆ ਬਰਬਾਦ ਕਰਦੇ ਹੋ ਇਹੋ ਜਿਹੀ ਚੀਜ਼ਾਂ ਆ ਗਰੀਬਾਂ ਨੂੰ ਦਿੰਦੇ ਇਹ ਕਿਸੇ ਨੂੰ ਹੋਰ ਨੂੰ ਦਿੰਦੇ ਪੈਸੇ ਆ ਤੁਸੀਂ ਗਰੀਬਾਂ ਨੂੰ ਦੇ ਕੇ ਕੁਛ ਕਰਦੇ ਤਾਂ ਤੁਹਾਡਾ ਭਲਾ ਵੀ ਹੋਣਾ ਸੀ। ਇਹੋ ਜਿਹੇ ਕੰਮ ਕਰਕੇ ਕੁਝ ਨੀ ਮਿਲਦਾ। ਮੈਂ ਅੱਗੇ ਵੀ ਵੀਡੀਓ ਇੱਕ ਵਾਰੀ ਬਣਾਈ ਸੀਗੀ ਪਿੰਡ ਚ ਚਲੋ ਉਹ ਮੈਂ ਪਾਈ ਨੀ ਮੈਂ ਕਿਹਾ ਪਿੰਡ ਦੀ ਵੀਡੀਓ ਆ ਤੇ ਹੁਣ ਆ ਦੇਖ ਲਓ ਤੁਹਾਡੇ ਸਾਹਮਣੇ ਆ ਇਹ ਅਜੇ ਕੰਮ ਕਰਕੇ ਉਹ ਨੀ ਮਿਲਦਾ। ਉਹੀ ਸੱਚੇ ਮਨੋ ਗੁਰਦੁਆਰੇ ਜਾ ਕੇ ਧਿਆ ਲਓਗੇ ਤਾਂ ਕੁਛ ਮਿਲ ਵੀ ਜਾਊ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਵੀਰੋ ਜੰਟ ਤੇ ਲਤਾਲੇ ਦੇ ਜਿਹੜਾ ਫੱਲੇ ਵਾਲ ਦੇ ਜਿਹੜਾ ਇੱਧਰ ਦਿਖਾ ਮੁੰਡੇ ਇੱਧਰ ਵੀ ਦਿਖਾ ਰਹਾ ਆਹ ਰਾਹ ਦੇ ਚੁਰਾਹੇ ਦੇ ਵਿਚਾਲੇ ਖੜੇ ਸੀਗੇ। ਇੱਧਰ ਆਉਂਦੇ ਸੀ ਅਸੀਂ ਇੱਥੇ ਵਿਚਾਲੇ ਟੂਣਾ ਕੀਤਾ ਹੋਇਆ ਸੀਗਾ। ਇਹ ਟੂਣਾ ਆਪਾਂ ਦੇਖਣਾ ਵਾ ਹੁਣ ਖੋਲ ਕੇ ਲੋਕ ਕਰਦੇ ਨੇ ਪਤਾ ਨੀ ਕਿਸ ਕਾਰਨ ਕਰਦੇ ਨੇ ਸਮਝ ਨੀ ਆਉਂਦੀ। ਵਿਚਾਲੇ ਕੀਤਾ ਪਿਆ ਇਹ ਹੁਣ ਵੀਰੋ ਆਪਾਂ ਖੋਲ ਕੇ ਦੇਖਣ ਆ ਜਾ ਜੋ ਕਰ ਲਿਆ ਮੁੰਡੇ ਇੱਧਰ ਨੂੰ ਕਰ ਇਹਦੇ ਵਿੱਚ ਸਭ ਕੁਝ ਹੁੰਦਾ। ਆਹ ਦੇਖੋ ਜੀ ਦੀਵਾ ਤੇ ਲੈ ਦੀਵਾ ਵਾ ਆਹ ਪਤਾ ਨੀ ਰੋਟੀਆਂ ਆਹ ਦੇਖੋ ਐ ਤੇ 400-500 ਰੁਪਏ ਹੀ ਰੱਖ ਜਾਂਦੇ ਕਿਸੇ ਦਾ ਵਿਆਹ ਵੀ ਨਹੀਂ ਹੁੰਦਾ ਲੱਗਦਾ ਮੈਨੂੰ। ਲੈ ਭੈਣ ਦੀ ਲੈ ਦੇਖ ਲਓ ਦੇਖ ਲਓ ਸੌਰਖੀ ਮਹਿੰਦੀ ਸੰਧੂਰ ਚੂੜੀਆਂ ਠੀਕ ਆ ਤੇ ਆਹ ਦਿਖਾ ਮੁੰਡੇ ਆਹ ਬਰਫੀ ਰੱਖ ਕੇ ਗਿਆ ਕੋਈ ਆਹ ਦੇਖ ਲਓ ਇਹ ਕੰਮ ਪੰਜਾਬੀਓ ਛੱਡ ਦੋ ਕੀ ਮਿਲਦਾ ਤੁਹਾਨੂੰ ਇਹ ਜੇ ਕੰਮ ਕਰਕੇ ਸੜਕ ਦੇ ਵਿਚਾਲੇ ਕੀਤਾ ਪਿਆ ਐਵੇਂ ਕੁਛ ਨੀ ਹੁੰਦਾ ਹੈਗਾ। ਉਹੀ ਤੁਸੀਂ ਗੁਰਦੁਆਰੇ ਜਾ ਕੇ ਸੱਚੇ ਮਨੋ ਧਿਆਵੋ ਕੁਛ ਉਹ ਸੁੱਖ ਸੁੱਖ ਲਓ ਭਾਈ ਇੱਥੇ ਆ ਬਰਬਾਦ ਕਰਦੇ ਹੋ ਇਹੋ ਜਿਹੀ ਚੀਜ਼ਾਂ ਆਹ ਗਰੀਬਾਂ ਨੂੰ ਦਿੰਦੇ ਇਹ ਕਿਸੇ ਨੂੰ ਹੋਰ ਨੂੰ ਦਿੰਦੇ ਪੈਸੇ ਆ ਤੁਸੀਂ ਗਰੀਬਾਂ ਨੂੰ ਦੇ ਕੇ ਕੁਛ ਕਰਦੇ ਤਾਂ ਤੁਹਾਡਾ ਭਲਾ ਵੀ ਹੋਣਾ ਸੀ। ਇਹੋ ਜਿਹੇ ਕੰਮ ਕਰਕੇ ਕੁਝ ਨੀ ਮਿਲਦਾ। ਮੈਂ ਅੱਗੇ ਵੀ ਵੀਡੀਓ ਇੱਕ ਵਾਰੀ ਬਣਾਈ ਸੀਗੀ ਪਿੰਡ ਚ ਚਲੋ ਉਹ ਮੈਂ ਪਾਈ ਨੀ ਮੈਂ ਕਿਹਾ ਪਿੰਡ ਦੀ ਵੀਡੀਓ ਆ ਤੇ ਹੁਣ ਆ ਦੇਖ ਲਓ ਤੁਹਾਡੇ ਸਾਹਮਣੇ ਆ ਇਹ ਅਜੇ ਕੰਮ ਕਰਕੇ ਉਹ ਨੀ ਮਿਲਦਾ। ਉਹੀ ਸੱਚੇ ਮਨੋ ਗੁਰਦੁਆਰੇ ਜਾ ਕੇ ਧਿਆ ਲਓਗੇ ਤਾਂ ਕੁਛ ਮਿਲ ਵੀ ਜਾਊ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।